मामू काम जरा पिछला कंप्लीट किया सी आपा हां वो पैसे वाला वसूली कर ले सी किसी पैसा वसूली हो गया नु ने हाल भी चैनल सकाऊं से अच्छा हां चलो अब आगे काम में को मिले है अच्छा आओ फैसला बाद हां रमजान नहीं मारू हां रमजान मारू हां ओदा लंटर दा काम है अच्छा ते वो कहंदे कोई सात छत्ता है ने ਇਹ ਮੰਗਾ ਲਾਂਗੇ ਤੁਮ ਅਸਲਾਮ ਅਲੈਕਮ ਜੀ ਵਾਲੇਕਮ ਸਲਾਮ ਅੱਜ ਚਲੋ ਪਹਿਲੇ ਮੰਗਾ ਲਾਂਗੇ ਆ ਤੇ ਭਜਨ ਬੈ ਸਕਨੇ ਮੈਂ ਕਿ ਪੁੱਛੂ ਤੁਮੈਂ ਕਿ ਇੱਕ ਮਿੰਟ ਖੜਾ ਹੋ ਕੇ ਭਾਜੀ ਦੁਬਾਰਾ ਇਜਾਜ਼ਤ ਲਓ ਸਾਡੇ ਕੋਲ ਫਿਰ ਤੁਸੀਂ ਬੈ ਸਕਦੇ ਲੰਟਰ ਭਜਨ ਪਾਉਂਦੇ ਹੋ ਲੰਟਰ ਹਾਂਜੀ ਹਾਂਜੀ ਲੰਟਰ ਪਾਉਂਦੇ ਮਾਸ਼ਾਅੱਲਾ ਬੜੀ ਗੱਲ ਹੈ ਹੁਕਮ ਕਰੋ ਜੀ ਸਾਰੀਏ ਆਪਣਾ ਨਾਂ ਸੁਣਿਆ ਤੁਹਾਡਾ ਅੱਛਾ ਜੀ काम दे बारे ना सुने हां के लंटर दा काम अच्छा कर देने हां जी हां जी बहुत बड़े बड़े काम खड़े है जी असी अच्छा हां कराची तक गए हां उधरो कराची थोड़ी जगह तो है उधरो इस्लामाबाद बड़ी बड़ी ठावा ते असी काम कीते ने लंटर दे काम कीता होवे ना जी हां जी काम बोलदा मैं काम ही बोलदा और बंदा ते नहीं बोल सकदा तोड़ा लंटर दा काम मैं सेब च पूछया काफी बंदियां कोले मजबूत है ना विच सीमेंट सुमेंट बजरी पवा के पता की है चार इंच दी दीवार भाईजन पवाई है अच्छा कच्चियां ईटां लवाईयां ने गार लिपवा दी मजबूत करके ना गार नाली लिपवाए हां जी हां जी तीन मकान पाए ने ते लंटर ਤੁਸੀਂ ਇਸ ਤਰ੍ਹਾਂ ਪਾਣਾ ਕਿ ਦੀਵਾਰਾਂ ਨੂੰ ਮਸਲਾ ਨਾ ਬਣੇ ਨਹੀਂ ਨਹੀਂ ਖਰਾਸ਼ ਵੀ ਨਹੀਂ ਆਏਗੀ ਦੀਵਾਰਾਂ ਨੂੰ ਪਾਜੀ ਤੁਸੀਂ ਕਿਉਂ ਇਹ ਮੈਂ ਦੱਸਣਾ ਜਰਾ ਜੀ ਪਾਜੀ ਕੋਈ ਨਜ਼ਦੀਕ ਤੁਹਾਡੇ ਕਬਰਿਸਤਾਨ ਹੈ ਜਾਂ ਤੁਹਾਡੇ ਨਜ਼ਦੀਕ ਕੋਈ ਪਾਗਲ ਖਾਨਾ ਹੋਵੇ ਨਹੀਂ ਭਾਈ ਕਿਹੋ ਜੀ ਗੱਲਾਂ ਕਰਨ ਦੇ ਆ ਤੁਸੀਂ ਸਮਾਨ ਤੇ ਕੋਤੁਰੀ ਆਇਓ ਨਹੀਂ ਯਾਰ ਤੁਹਾਨੂੰ ਤੁਸੀਂ ਪਾਗਲ ਹੋ ਯਾ ਤੁਹਾਨੂੰ ਕਿਸੇ ਨੇ ਟਕਾਣਾ ਦੱਸਿਆ ਹੈ ਵੀ ਇੱਥੇ ਦੋ ਪਾਗਲ ਮਾਮਾ ਤੇ ਭਣੇਵਾ ਬੈਠੇ ਨੇ ਯਾ ਤੁਸੀਂ ਸਾਨੂੰ ਪਾਗਲ ਕਰਨਾ ਚਾਹੁੰਦੇ ਹੋ ਯਾ ਤਾਂ ਤੂੰ ਚੱਬਲ ਹੈ ਯਾ ਵਾ ਤਾਂ ਸੀ ਚੱਬਲ ਇਹਨੂੰ ਤੇ ਕੰਮ ਹੈ ਕਾਰੋਬਾਰ ਦੇ ਵਿੱਚ ਕਿਹਨੂੰ ਚੱਬਲ ਕਹੀਦਾ ਯਾਰ ਮੈਂ ਤੁਹਾਨੂੰ ਪਾਗਲ ਕੀ ਹੈ ਨੀ ਕਿਹੜੇ ਮਿਸ਼ਨ ਕਿਹੜੇ ਤੇ ਨਿਕਲੇ ਹੋ ਤੁਸੀਂ ਮੈਨੂੰ ਆ ਦੱਸੋ ਭਾਈ ਕੰਮ ਕਰਨੇ ਤੁਸੀਂ ਮਸ਼ੀਨਾਂ ਛਿੱਕੋ ਮਸ਼ੀਨਾਂ ਲਾਓ ਯਾ ਤਾਂ ਸਾਡੇ ਕਿਸੇ ਸ਼ਰੀਕ ਤੈਨੂੰ ਭੇਜੇ लंटर पाओगे तो दूजा पिंड भी बुलाएगा तेरा लंटर चार इंच की कच्ची दीवार ते लंटर खड़ा हुंदा दिमाग खराब करन दे अरे उना ते मशीनें ही चलनी है सारे कुछ वजन उसे से असत मोड़ मोए वटा सत तेरी कच्ची दीवारें दोबारा दोबारा सुरेंद्र रे भी दीवार ए तन्नू मशवरा किने दिता है असदा भाई दीवारें डिगन के जिम्मेवारी तुम्हारी है अच्छा ले अच्छा चल को नहीं उठी नहीं ए 4 इंच की कच्ची दीवार ते तन्नू उत्ते खड़ा करके देंगे ते ओ अपना की है भाजी मशीन नहीं नहीं मशीन नहीं है यार लंटर लंटर खड़ा करके तन्नू पा के दवांगे गारंटी तन्नू उत्तो देंगे ਭਾਈ ਪਤਾ ਕੀ ਹੈ ਬੱਚਿਆਂ ਵਿੱਚ ਰਹਿਣਾ ਫਿਰ ਇਹ ਨਾ ਹੋਵੇ ਤੁਸੀਂ ਫਿਰ ਓ ਮਾਰ ਬੱਚਿਆਂ ਨੂੰ ਗੋਲੀ ਜਬਲ ਇਨਸਾਨ ਬਣਾਈ ਬੈਠੇ ਨਿਕਲ ਤੂੰ ਤੂੰ ਭਾਈ ਕਸਟਮਰਾਂ ਨਾਲ ਨਹੀਂ ਪਤਾ ਤੇ ਕਸਟਮਰ ਦੀ ਐਸੀ ਦੀ ਕਾਸੀ ਉੱਠੇ ਕਿ ਤੂੰ ਹੋਰ ਚਵਲ ਉੱਠ ਸਹੀ ਕਰ ਉੱਠ ਉੱਠ ਮੈਂ ਸਿਰਾਣਾ ਤੱਕ ਚੱਲ ਉਹ ਮਿੱਠੂ ਐ ਮਿੱਠੂ ਚੱਲ ਉੱਠ ਉੱਠ ਮਿੱਠੂ ਸਮਾਨ ਚੱਕੋ ਮੇਰੇ ਨਾਲ ਚੱਲੋ ਠੀਕ ਹੈ ਕੋਨੀਆਂ ਮੈਂ ਤੈਨੂੰ ਧੱਕ ਦੇਦਾ ਧੱਕੇ ਚੱਲ ਜੁੱਤੀ ਪਾ ਸ਼ਰੀਕਾਂ ਨੂੰ ਦੱਸ ਦੇ ਉਹ ਮੈਂ ਕਹਿੰਦਾ ਸ਼ਰੀਕਾਂ ਦਾ ਮੈਂ ਤੇਰੇ ਸ਼ਰੀਕ ਦਾ ਫਿਰ ਫੜ ਜਾਣੀ ਏ ਚੱਲ ਤੇਰਾ ਫਿਰ ਭਾਜੀ ਤੇਰੇ ਸ਼ੇਰ ਕੇ ਚੱਲ ਆਏ ਭਾਜੀ ਜੁੱਤੀ ਪਾ ਚੱਲ ਤੈਨੂੰ ਮਾਰਦਾ ਪਿਆ ਇਹ ਸਾਫਾ ਕੋ ਤੇਰੇ ਪਿਓ ਦਾ ਨਹੀਂ ਹੈ ਤੂੰ ਨਾ ਕਰੀਏ ਨਾ ਕਰੀ ਸਿਰ ਪੰਚਰ ਕਰੂੰ ਅੱਜ ਪੰਚਰ ਕੀ ਗੁਬਾਰਾ ਤੇਰਾ ਸਿਰ ਖੜਾ ਭਾਜੀ ਖੜੋ ਉੱਠ ਜਾ ਉੱਠ ਮਸ਼ੀਨਾਂ ਕਦੋਂ ਪਹੁੰਚੇ ਉਹ ਕਾਕੇ ਮਸ਼ੀਨਾਂ ਚੱਕ ਖੜਾਓ ਮਸ਼ੀਨਾਂ ਤੇਰੀਆਂ ਉੱਥੇ ਪਹੁੰਚਣੀਆਂ ਕਾਦੀ ਮਸ਼ੀਨਾਂ ਬੋਲਣੀਆਂ ਪਹਿਲੇ ਲੰਟਰ ਨਹੀਂ ਪੈਣੇ ਤੁਸੀਂ ਉਹ ਕਾਦਾ ਲੰਟਰ ਐਵੇਂ ਲੰਟਰ ਪੈਂਦੇ ਨੇ ਦਿਮਾਗ ਖਰਾਬ ਕਰ ਰਿਹਾ ਤੂੰ ਸਾਡੇ ਉੱਡੇ ਪਾਗਲ ਜੀ ਚੱਲ ਭਾਜੂ ਦੀ ਤੇ ਚਾਰ ਦੁਆਰੀ ਬਣਵਾਈਏ ਨਾ ਭਈ ਅਸੀਂ ਹਾਂ 4 ਇੰਚ ਦੀ ਉਦੋਂ ਤੁਸੀਂ ਗਾਰਾ ਗੁਰਾ ਕੁਛ ਵੀ ਐਵੇਂ ਰੱਖੀਆਂ ਹੋਈਆਂ ਸੀ ਇੱਟਾਂ ਵੀ ਐਵੇਂ ਰੱਖੀਆਂ
ਬਗੈਰ ਘਰ ਅਗਲੇ ਤੈਨੂੰ ਮੌਤ ਪਾਈ ਚਾਈ ਖਲੋਤੀਆਂ ਨੇ ਵੈਸੇ ਮਿਸਤਰੀ ਹੈਗਾ ਕੋਈ ਆਪ ਹੀ ਜੋੜ ਦਿੱਤੀਆਂ ਸੀ ਨਹੀਂ ਅਗਲੇ ਤਾਂ ਤੈਨੂੰ ਮੌਤ ਪਈ ਹੈ ਬਾ ਮੈਂ ਲਿਪ ਕੇ ਖਲਾ ਰਹੀ ਹਾਂ ਮਜ਼ਾਕ ਕੀਤਾ ਭਾਈ ਤੁਸੀਂ ਲੈਂਟਰ ਪਾਣਾ ਨਹੀਂ ਇਹ ਤਾਂ ਕੋਈ ਟੁੱਟੇ ਇਹ ਤਾਂ ਮੇਰੀ ਟੁੱਟਣੀ ਜੇ ਮਜ਼ਾਕ ਦੀ ਜਗ੍ਹਾ ਇਹ ਸਾਂ ਤੇਰੇ ਕੋਲ ਇਹ ਹਜੇ ਸਾਰੇ ਕੰਮ ਦੇ ਇਰਾਦੇ ਕਰ ਰਹੇ ਭਜਨ ਪਤਾ ਬੈਸ ਨਾ ਕਰੋ ਅੱਛਾ ਮਾਂ ਚੁੱਪ ਮੇਰੇ ਨਾਲ ਤੁਰੋ ਵਸੇ ਵਿੱਚ ਪਤਾ ਲੱਗੇ ਵੀ ਲੈਂਟਰ ਇਹਨਾਂ ਨੇ ਪਾਇਆ ਵਸੇ ਲੈਂਟਰ ਪੈਣਾ ਹੈ ਕਿਹੜੇ ਤਰੀਕੇ ਨਾਲ ਪੈਣਾ ਹੈ ਉਹ ਭਾਈ ਲੈਂਟਰ ਪੈਣਾ ਦੀਵਾਰ ਇਹ 4 ਇੰਚ ਦੀ ਦੀਵਾਰ ਕੱਚੀ ਇੱਟ ਲਾਤੀ ਅਸੀਂ ਹਾਂ ਚਾਰੋਂ ਤਰਫ ਤਿੰਨ ਮਕਾਨਾਂ ਤੇ ਲਾਤੀ ਅੱਛਾ ਤੇ ਤੁਸੀਂ ਇਕੱਠਾ ਲੈਂਟਰ ਫੇਰ ਦੇ ਉੱਤੇ ਉਹ ਕਿਹੜਾ ਤੇਰਾ ਫੁੱਫੜ ਇਕੱਠਾ ਲੈਂਟਰ ਫੇਰੇਗਾ ਉੱਤੇ ਹੈ ਉਹ ਭਾਈ ਕਿਵੇਂ ਖਲਾਣਗੀਆਂ ਜ਼ੇਨ ਲੜਾਓ ਨਾ ਤੁਸੀਂ ਅੱਛਾ 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 ਬਗੈਰ ਪਿੱਲਰ ਤੋਂ ਬਗੈਰ ਕਿਸੇ ਸਪੋਰਟ ਤੋਂ ਤੇ ਇੱਕ ਮਿੰਟ ਖਲਾ ਮੇਰਾ ਪੁੱਤ ਇਹਨੂੰ ਇਹ ਨਹੀਂ ਸਮਝ ਆ ਜਾਂਦੀ मामा चकी जाना मैं तू पिछों आ बकरियां चारन दा मजा ही कुछ होर है बड़े शौक दे नाल असा प्यार कीता खे बन गई रास नहीं आया साडा टाइम खुशियां दा सा रोंदिया वक्त नहीं बाहर सह सद मारे कै सद ना सुनिया इंज तकदीर आन हराया है सारे दुश्मन बन गए जा फिर दे किस अंबिया पक जानी मट्टा मट्टा बोलिया कर किदा ही होट ना तक जानी आय हाय 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 सुकून नाल बकरियां चराने हैं ना कोई रोला ना कदी किसी की चोरी की है बस एक कमी रह गई है रिश्ता लब जावे मैं ओदे नाल हुआ मेरे नाल होवे फिर मैं गाना कवा मेंदी होवे तू रंग लाल होवा मैं मेंदी होवे तू रंग लाल होवा मैं जिथे जावे माई ओदे नाल होवा मैं बस बकरियो भेडो ले लियो दुआ करो के मैनु रिश्ता लभ जावे बस बकरियो भेडो ले लियो ले लियो दुआ करो के मेरी शादी पुत्र मोड़ उन्हें भतीजा मेरे नक ओ वालेकुम सलाम जी की हाल है ठीक ठाक माल तेरा सोना है माल सोना रखे है जी बकरियां भेडां यार ना रख पे छेड़ी रख दे मेनू आता करी रख दे मेरे नाल अच्छा आप तो सोना है ना कोई नहीं है अच्छा आर दे हां जी हुकम करो काई दूध वाली बकरी है तो वो बेचनी है तो मेनू गाल का भाई जी बकरी खलोती है और सामने चिट्टे रंग दी अच्छा सोनी बकरी ते कम से कम 2-3 किलो दूध देंदी हूं वाह मैनू चाहिए ही हो जाए आज अच्छा हाँ। मैं ना खुश हो के ना बकरी दे दूध दे रहा बुजुर्गा ते भेड़ दा ये दी चाह बड़ी सोनी बन दी है मैं दिल दी गाल कदी किसे नू कीते ही नहीं तुहाडे नाल करन लगा अच्छा बकरियां सारियां ही तेरियां ने नहीं मेरियां किवें हो भाई यार बकरियां दा मालिक तू है मेरियां की दूध दियां ने को रिश्ता बैठा अपने कोलो गाल किवें कर रहे हैं मुंह संभाल के गाल कर भाई जी मैं रिश्ता मंगया काट के तो नहीं ले गया बुजुर्गो मैं हां ने तू यार मैं तेनु वैसे पूछया नाराज होने दी कोई गल नहीं मेरी शादी कोई नहीं हुई शादी तेरी नहीं हुई तू बकवास बेनल बाप दा गला मैं बकरी मोल ले बनाया गला तू मेरे को आता गला करे दा बकरियां ना जड़िया हां किनियां ने कम से कम 300 बकरी है यार जीती सारियां जेड़ा मैं रिश्ता देवेगा मैं उनु दे देनी यानी कि तेरी शर्त ही है हां जी देखो तेरे को रिश्ता बैठा है कोई मसला नहीं बकरियां सारियां तेरियां मैं तेरा जवाई बन जावांगा बकरी मैं बोट के ना मरा कई हो जे जवाई मेरा भी ये तू है ये देखो बो आंदी बेटा ते बकरियां दी चगल तई बंदा चलो हलाल माल दी ते आंदी ते तुहाडे चो
ਓਏ ਇਨਸਾਨ ਦਾ ਬੱਚਾ ਹੈ ਤੂੰ ਕੋਈ ਨਾ ਮਿਸਟਰ ਖੋਤੇ ਦੀ ਬਦਬੂ ਆਉਂਦੀ ਜੀ ਮੈਂ ਬਜ਼ੁਰਗੋ ਗੱਲ ਕਰ ਰਿਹਾ ਵਾਂ ਲਾ ਜਾ